ਹੈਲੋ ਦੋਸਤੋ, ਕਿੱਦਾਂ ਹੋ ਸਾਰੇ? ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ। ਅਤੇ ਪਹੁੰਚ ਗਏ ਹਾਂ ਬਾਈ ਕੰਮ ਪਰ, ਲੇਬਰ ਵਾਲੇ ਲੱਗ ਗਏ ਨੇ ਉੱਪਰ, ਅਤੇ ਠੰਡ ਹੋ ਗਈ ਹੈ ਬਹੁਤ ਜ਼ਿਆਦਾ, ਅਤੇ ਪੂਰਾ ਪੈਕ ਹੋ ਕੇ ਨਿਕਲਣਾ ਪੈਂਦਾ ਹੈ। ਮੋਟਰਸਾਈਕਲ ਪਰ ਤਾਂ ਹੋਰ ਵੀ ਜ਼ਿਆਦਾ ਲੱਗਦੀ ਹੈ ਠੰਡ, ਅਤੇ ਹਜੇ ਤੱਕ ਤਾਂ ਕੋਈ ਆਇਆ ਨਹੀਂ ਆਪਣਾ ਬੰਦਾ, ਮੈਂ ਹੀ ਪਹੁੰਚਿਆ ਹਜੇ ਇਕੱਲਾ। ਅਤੇ ਇੱਧਰ ਦੂਜੇ ਲੇਬਰ ਵਾਲੇ ਲੱਗੇ ਹੋਏ ਆ, ਬੰਦੇ ਘੱਟ ਗਏ ਨੇ ਬਹੁਤ ਲੇਬਰ ਵਾਲੇ ਉਰੇ ਜੀ। ਪਹਿਲਾਂ ਪੂਰਾ ਰੌਣਕ ਮੇਲਾ ਲੱਗਿਆ ਰਹਿੰਦਾ ਤਾ, ਹੁਣ ਲੱਗਦਾ ਖਾਲੀ ਖਾਲੀ ਜਾ ਉਰੇ। ਕੱਲ੍ਹ ਆ ਕਰ ਗਏ ਅਤੇ ਆਪਾਂ ਪੱਲੇ ਪੁੱਲੇ ਲਾ ਗਏ ਅਤੇ ਇੱਕ ਦੋ ਬਕਸ਼ਿਆਂ ਨੂੰ ਕਿਚਨ ਦੇ ਬੋਕਸ ਆ ਇਹ, ਅਤੇ ਚਾਰ ਬੋਕਸ ਹੋਰ ਰਹਿ ਗਏ ਨੇ, ਦੋ ਆ ਪਏ ਨੇ, ਦੋ ਅੰਦਰ ਪਏ ਨੇ। ਪਹਿਲਾਂ ਉੱਪਰ ਵਾਲੇ ਤਿਆਰ ਕਰ ਦਈਏ, 5 ਮਿੰਟ ਧੁੱਪ 'ਚ ਖੜ ਕੇ ਫਿਰ ਲੱਗਦੇ ਹਾਂ ਦੁਬਾਰਾ ਕੰਮ ਪਰ। ਅਤੇ ਇੱਧਰ ਦੂਏ ਮਿਸਤਰੀ ਲੱਗੇ ਹੋਏ ਨੇ ਲਪਾਈ ਵਾਲੇ, ਪੈਡਾਂ ਲੱਗ ਗਈਆਂ ਨੇ ਉੱਪਰ, ਲਪਾਈ ਹੋਊਗੀ ਅੱਜ ਬਾਹਰ। ਇੱਥੇ ਇੱਕ ਤਾਂ ਬਾਈ ਆ ਲਾਈਟ ਨੂੰ ਪਤਾ ਨਹੀਂ ਕਿਆ ਹੋਈ ਜਾਂਦਾ, ਵਾਰ ਵਾਰ ਹਿੱਲੀ ਜਾਂਦੀ ਆ, ਠੀਕ ਕਰਨੀ ਪੈਣੀ ਉੱਥੇ ਤੇ ਤਾਂ ਕਰਦੇ ਹਾਂ ਇਲਾਜ ਪੱਕਾ। ਤਾਰਾਂ ਤਾਂ ਲੱਗੀਆਂ ਹੋਈਆਂ, ਆਈ ਤਾਂ ਨਹੀਂ, ਲਾ ਬਈ ਚੱਲ ਪਈ ਲਾਈਟ। ਪਹਿਲਾਂ ਘੰਟਾ ਤਾਂ ਲਾਈਟ ਪਲਾਉਣਾ ਪੈਂਦਾ ਆ ਕੇ, ਕਦੇ ਤਾਰ ਹਿੱਲ ਗਈ ਕਦੇ ਕੁਝ ਹੋ ਗਿਆ, ਅਤੇ ਪਾ ਪਲਾਈ ਵੱਢਣੀ ਆ ਪਹਿਲਾਂ। ਲਓ ਬਾਈ ਕੰਮ ਕਰਦੇ ਕਰਦੇ ਕਟਰ ਰੁਕ ਗਿਆ, ਤਾਰ ਜਲ ਗਈ ਇਹਦੀ, ਸ਼ੋਰਟ ਸਰਕਟ ਹੋ ਗਿਆ, ਕਿਉਂਕਿ ਉੱਥੇ ਤੇ ਤਾਰ ਵਾਰ ਵਾਰ ਹਿੱਲੀ ਜਾਂਦੀ ਹੈ ਨਾ, ਲੋਡ ਪੈ ਗਿਆ ਇੱਕ ਉਹਦਾ ਉਹਦੇ ਪਰ, ਆਹ ਜਲ ਗਈ, ਤਾਰ ਬਦਲਣੀ ਪੈਣੀ ਸਾਰੀ ਆ। ਲਓ ਬਾਈ ਚਾਹ ਦਾ ਟਾਈਮ, ਠੇਕੇਦਾਰ ਉਹਨੇ ਕੰਮ ਧੰਦੇ ਛੱਡ ਕੇ ਬੈਟ ਬੋਲ ਲੱਗੇ ਨੇ ਖੇਡਣ। ਅਤੇ ਲਓ ਬਾਈ ਮਿੱਤਰੋ, ਉੱਪਰ ਵਾਲੇ ਬਕਸੇ ਹੋ ਗਏ ਕੰਪਲੀਟ, ਅੱਜ ਪੱਲੇ ਪੁੱਲੇ ਲੱਗ ਗਏ ਨੇ ਸਾਰਿਆਂ ਨੂੰ, ਅਤੇ 6 ਦੇ 6 ਬਕਸੇ ਕੰਪਲੀਟ ਆ ਉੱਪਰ ਦੇ। ਅਤੇ ਹੁਣ ਆ ਸਾਰਾ ਸਮਾਨ ਲੈ ਕੇ ਜਾਣਾ ਥੱਲੇ, ਅਤੇ ਇੱਧਰ ਪੀ ਓ ਪੀ ਵਾਲਿਆਂ ਨੇ ਮੂਹਰੇ ਘੋੜੀ ਲਾ ਲਈ ਆਪਣੀ, ਰਸਤਾ ਕਰਤਾ ਬੰਦ ਜਾਣ ਨੂੰ, ਦੇਖਦੇ ਔਖਾ ਸੌਖਾ ਲੰਘਣਾ ਪੈਣਾ। ਅਤੇ ਹੁਣ ਜਾਣਾ ਆਪਾਂ ਨੀਚੇ ਵਾਲੇ ਬਕਸੇ ਤਿਆਰ ਕਰਨ, ਅਤੇ ਇੱਦਾਂ ਹੀ ਪੱਲੇ ਲਾਉਣੇ ਉਹਨਾਂ ਨੂੰ ਵੀ, ਅਤੇ ਚੱਕਦੇ ਹਾਂ ਸਮਾਨ ਸਾਰਾ, ਕਰਦੇ ਹਾਂ ਇਕੱਠਾ, ਅਤੇ ਥੱਲੇ ਚੱਲਦੇ ਹਾਂ। ਠੇਕੇਦਾਰ ਆ ਗਿਆ, ਛੋਟਾ ਠੇਕੇਦਾਰ, ਲੈ ਤੇਰੇ ਸੂਈ ਲਗਾ, ਬੈਠ ਜਾ, ਤੇਰੇ ਪੈਰ 'ਤੇ ਚਲਾਊਂਗਾ ਵੀ ਮੈਂ, ਇੱਕ ਕਰ ਦੂੰ, ਚਲਾ ਦੂੰ ਚਲਾ ਦੂੰ, ਰੋ ਕੇ ਦਿਖਾ ਚੱਲ ਜਲਦੀ, ਏ ਮਾਰਾ ਨਹੀਂ ਕਰਤਾ ਇਸਕੋ, ਸੂਈ ਲੱਗ ਜਾਂਦੀ ਹੈ ਐਵੇਂ ਕਰਕੇ, ਲਗਾ ਦੂੰ ਰੋ ਕੇ ਦਿਖਾ ਚੱਲ, ਦਿਖਾ ਰਹੇ
ਉੱਚੀ ਉੱਚੀ ਉੱਚੀ, ਜਲਦੀ ਸੇ ਕਰ, ਜਲਦੀ ਸੇ, ਜਲਦੀ ਸੇ ਰੋ ਕੇ ਲਗਾ ਦਿੰਦੀ ਸੂਈ, ਜਲਦੀ ਰੋ ਕੇ ਦਿਖਾ ਹੈ। ਚੱਲ ਭਾਗ ਜਾ ਫਿਰ, ਜਲਦੀ ਭਾਗ ਜਾ ਘਰ ਕੋ, ਭਾਗ ਜਾ ਜਲਦੀ। ਬੰਦ ਕਰ ਦੂੰ ਇਸਮੇ ਡਿੱਬੇ ਮੈਂ, ਬੰਦ ਕਰ ਦੂੰ ਹੈਂ, ਬੰਦ ਕਰ ਦੂੰ ਡਿੱਬੇ ਮੈਂ। ਚੱਲ ਫਿਰ ਤੂੰ ਜੇ ਤੋਂ ਡਿੱਬੇ ਮੈਂ ਬੰਦ ਕਰੇਂਗੇ ਅੱਜ, ਬੈਠ ਹੀ ਰਹਿ ਜਾਣਾ ਫਿਰ ਅੱਜ। ਚਲੇ ਹਮ ਘਰ ਕੋ ਚਲੇ, ਠੀਕ ਹੈ, ਚੱਲ ਬੈਠ ਹੀ ਰਹਿ ਤੂੰ ਯਹੀਂ ਪੇ। ਘਰ ਕੋ ਜਾਣਾ ਹੈ, ਚੱਲ ਫਿਰ ਆ ਜਾ, ਚੱਲ ਭਾਗ ਜਾ, ਜਲਦੀ ਭਾਗ ਜਾ, ਮੈਂ ਫਿਰ ਬਿਠਾ ਦੂੰਗਾ ਜਹੀਂ ਪੇ। ਇਹ ਵੀ ਤੰਗ ਕਰਦੇ ਵੀ ਬਾਰ ਬਾਰ ਆ ਕੇ। ਪਾਏ ਆ ਜੀ ਸ਼ਾਮ ਨੂੰ ਕਾਲੂ ਨੂੰ ਘੁਮਾਉਣ, ਦੇਖੋ ਆਉਂਦੇ ਆਉਂਦੇ ਕਿੰਨਾ ਹਨੇਰਾ ਹੋ ਜਾਂਦਾ। ਇੱਧਰ ਸਾਹਮਣੇ ਨਿਆਣੇ ਅੱਗ ਸੇਕਣ ਲੱਗੇ ਹੋਏ ਆ, ਠੰਡ ਹੋ ਗਈ ਬਹੁਤ। ਇੱਧਰ ਇੰਜਣ ਆ ਗਿਆ ਬਾਈ, ਅੰਦਰ ਖੜਦਾ ਇਹਦੇ, ਕਾਲੂ ਡਰਦਾ ਇਹ ਤੇ, ਆਵਾਜ਼ ਬਹੁਤ ਕਰਦਾ ਨਾ ਤਾਂ ਕਰਕੇ ਇਹ ਡਰਦਾ ਇਹ ਤੇ ਇੰਜਣ ਤੋਂ। ਅਤੇ ਲਓ ਬਾਈ ਕੰਮ ਅੱਜ ਆਪਣਾ ਗਿਆ ਨਿਬੜ ਉਰੇ, ਅਤੇ ਆਹ ਲਾਈਟਾਂ ਦੇਖੋ ਕਿਆ ਕਰ ਰਹੀਆਂ, ਹਿੱਲੀ ਜਾਂਦੀਆਂ ਵਾਰ ਵਾਰ। ਅਤੇ ਬਕਸੇ ਹੋ ਗਏ ਤਿਆਰ ਕਿਚਨਾਂ ਦੇ, ਅਤੇ ਇੱਧਰ ਵੀ ਲੱਗ ਗਏ ਨੇ ਪੱਲੇ ਪੁੱਲੇ ਇਹਨਾਂ ਸਾਰਿਆਂ ਨੂੰ, ਅਤੇ ਨਾਲ ਲੱਗ ਗਈ ਸਫਾਈ ਵੀ ਕਰਤੀ ਆਪਾਂ ਨੇ। ਅਤੇ ਜਿਹੜਾ ਇਹ ਹਰਾ ਬੋਰਡ ਹੁੰਦਾ ਨਾ, ਇਹ ਵਾਟਰਪਰੂਫ ਹੁੰਦਾ, ਕਿਉਂਕਿ ਇੱਕ ਹੈ ਇਹ ਕਿਚਨਾਂ ਦੇ ਬਕਸੇ ਆ ਅਤੇ ਗਿੱਲੇ ਜ਼ਿਆਦਾ ਹੋ ਜਾਂਦੇ ਇਹ, ਤਾਂ ਕਰਕੇ ਇਹਨਾਂ ਨੂੰ ਵਾਟਰਪਰੂਫ ਪਲਾਈ ਲਾਉਂਦੇ ਆਪਾਂ, ਤਾਂ ਕਿ ਖਰਾਬ ਨਾ ਹੋਵੇ ਪੱਲੇ। ਅਤੇ ਕੰਮ ਆਪਣਾ ਅੱਜ ਇੱਧਰ ਨਿਬੜ ਗਿਆ, ਕੱਲ੍ਹ ਦੂਜੀ ਪੀ ਜੀ 'ਚ ਜਾਣਾ ਖਿੜਕੀਆਂ ਤਿਆਰ ਕਰਨੀਆਂ ਉੱਧਰ, ਇਸੇ ਪੀ ਜੀ ਦੀਆਂ ਹੈ ਨਾ। ਅਤੇ ਆਹ ਮਸ਼ੀਨ 'ਤੇ ਆਪਾਂ ਨੇ ਨਵੇਂ ਪਲੇਟ ਪਾਉਣੇ, ਪੁਰਾਣੇ ਹੋ ਗਏ ਖੁੰਡੇ, ਆਹ ਪੁਰਾਣੇ ਪਲੇਟ ਆ ਇਹਦੇ, ਪੁਰਾਣੇ ਖੁੰਡੇ ਹੋ ਗਏ ਨੇ ਅਤੇ ਨਵੇਂ ਪਾਉਣੇ ਆ ਹੁਣ। ਖੋਲ ਤਾਂ ਲਈ ਹੈ, ਟਾਈਮ ਲੱਗ ਜਾਣਾ ਇਹਨੂੰ ਜ਼ਿਆਦਾ ਕਸਣ ਕੁਸਣ ਨੂੰ, ਅਤੇ ਕਰਦੇ ਹਾਂ ਇਹਨੂੰ ਤਿਆਰ।